दोस्तों मालवा रेडियो में तुहाडा स्वागत है। आज साडे स्टूडियो में हाजिर ने पंजाबी बिजनेस प्रोफेसनल एसोसीएशन के चेयरमैन श्री अजैब सिंह चट्ठा जी। इस संस्था वालों ब्रैम्पटन च भाषण मुकाबले करवाए जा रहे हैं ते अज आपां चट्ठा साहब नाल इन्हां भाषण मुकाबलियां बारे गल करते हैं। चट्ठा साहब तुहाडा इस स्टूडियो में आने पर स्वागत है जी। मेहरबानी जी। निर्मल सिंह जी तुहानू भी सत श्री अकाल ते सुनने वाले सारे श्रोतियां नू मेरे वालों हाथ जोड़ के प्यार भरी सत श्री अकाल। चट्ठा साहब सब तो पहला तो साडे श्रोतियां नू इह दसो कि इह जिहड़े भाषण मुकाबले करवा रहे इह कदों ते कित्थे करवाए जा रहे हैं। ਇਹ 10 ਜੂਨ ਐਤਵਾਰ ਵਾਲੇ ਦਿਨ ਸੈਂਟਰਲ ਪੀਲ ਸੈਕੰਡਰੀ ਸਕੂਲ ਬ੍ਰੈਂਪਟਨ ਦੇ ਵਿੱਚ ਹੈਗੇ ਆ। ਇਹ ਉੱਥੇ ਕਰਵਾਏ ਜਾ ਰਹੇ ਹੈਗੇ ਆ। ਤੇ ਇਹਨਾਂ ਭਾਸ਼ਣ ਮੁਕਾਬਲਿਆਂ ਦਾ ਵਿਸ਼ਾ ਕੀ ਹੋਵੇਗਾ ਜੀ? ਨੈਤਿਕਤਾ। ਨੈਤਿਕਤਾ ਨੈਤਿਕਤਾ ਬਾਰੇ ਥੋੜਾ ਜਿਹਾ ਮੈਨੂੰ ਵੀ ਤੇ ਸਾਡੇ ਸਰੋਤਿਆਂ ਨੂੰ ਵੀ ਦੱਸੋ ਕਿ ਨੈਤਿਕਤਾ ਕੀ ਹੁੰਦੀ ਹੈ। ਇਹ ਮੈਨੂੰ ਵੀ ਨਹੀਂ ਪਤਾ ਤੇ ਮੈਨੂੰ ਲੱਗਦਾ ਬਹੁਤੇ ਸਰੋਤਿਆਂ ਨੂੰ ਵੀ ਨਹੀਂ ਡਿਟੇਲ ਇਹਦੇ ਬਾਰੇ ਪਤਾ ਹੋਣੀ ਕਿ ਨੈਤਿਕਤਾ ਕੀ ਹੁੰਦੀ ਹੈ। ਨੈਤਿਕਤਾ ਦੀ ਡੈਫੀਨੇਸ਼ਨ ਜਿਹੜੀ ਬਣਾਈ ਆ ਅਸੀਂ ਸਧਾਰਨ ਲਫ਼ਜ਼ਾਂ ਵਿੱਚ ਤਾਂ ਸਦਾਚਾਰਕ ਨਿਯਮਾਂ ਦਾ ਸਮੂਹ ਆ ਤੇ ਜਿਹਨੂੰ ਇਨਸਾਨ ਆਪਣੀ ਸਵੈ ਇੱਛਾ ਦੇ ਨਾਲ ਮੰਨਦਾ ਤੇ ਜਿਹਨੂੰ ਕੋਈ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ ਹੁੰਦੀ। ਜੇ ਨਾ ਵੀ ਕਰੇ ਤੇ ਉਹਨੂੰ ਕੋਈ ਸਜ਼ਾ ਨਹੀਂ ਮਿਲ ਸਕਦੀ। ਪਰ ਚੰਗਾ ਸਮਾਜ ਸਿਰਜਣ ਦੇ ਲਈ ਨੈਤਿਕਤਾ ਦੀ ਪੜ੍ਹਾਈ ਵੀ ਹੋਣੀ ਜ਼ਰੂਰੀ ਹੈ ਤੇ ਨੈਤਿਕਤਾ ਦੇ ਗੁਣ ਵੀ ਹੋਣੇ ਜ਼ਰੂਰੀ ਆ, ਜਿਵੇਂ ਕਿਸੇ ਦੀ ਇੱਜ਼ਤ ਕਰਨੀ, ਕਿਸੇ ਦੀ ਮਦਦ ਕਰਨੀ, ਮੁਸਕਰਾ ਕੇ ਮਿਲਣਾ, ਇਹ ਸਤਿਕਾਰ ਕਰਨਾ, ਇਹ ਸਾਰੇ ਨੈਤਿਕਤਾ ਦੇ ਗੁਣ ਨੇ। ਚੱਠਾ ਸਾਹਿਬ ਆਮ ਸੁਸਾਇਟੀ ਵਿੱਚ ਹੋਰ ਬਹੁਤ ਤਰ੍ਹਾਂ ਦੇ ਵਿਸ਼ੇ ਨੇ, ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਗਿਆਨ ਵਿਗਿਆਨ ਹੈ ਜਾਂ ਖੁਦਕੁਸ਼ੀਆਂ ਜਾਂ ਪੰਜਾਬੀ ਨੂੰ ਸਮੱਸਿਆਵਾਂ ਹੈ, ਤੁਸੀਂ ਇਹਨਾਂ ਵਿੱਚੋਂ ਨੈਤਿਕਤਾ ਦਾ ਵਿਸ਼ਾ ਹੀ ਕਿਉਂ ਚੁਣਿਆ, ਹੋਰ ਕੋਈ ਵਿਸ਼ਾ ਕਿਉਂ ਨਹੀਂ ਚੁਣਿਆ? ਕਿਉਂਕਿ ਅੱਜ ਕੱਲ ਨੈਤਿਕਤਾ ਦੀ ਪੜ੍ਹਾਈ ਤਾਂ ਕਦੀ ਪਹਿਲਾਂ ਵੀ ਨਹੀਂ ਹੁੰਦੀ ਸੀ। ਓਕੇ। ਪਰ ਨੈਤਿਕਤਾ ਦੀ ਹਮੇਸ਼ਾ ਸਾਂਝੇ ਪਰਿਵਾਰ ਦੇ ਵਿੱਚੋਂ ਇਹ ਸਾਰੇ ਗੁਣ ਨੈਤਿਕਤਾ ਦੇ ਸਿੱਖ ਲੈ ਜਾਂਦੇ ਸੀਗੇ। ਓਕੇ। ਉਹ ਸਾਂਝੇ ਪਰਿਵਾਰ ਤਾਂ ਖਤਮ ਹੋ ਗਏ। ਓਕੇ। ਪਰ ਹੁਣ ਜਿਹੜੀ ਪੜ੍ਹਾਈ ਹੁੰਦੀ ਆ, ਸਿਰਫ ਇਨਸਾਨ ਇਸੇ ਕੰਮ ਕਰ ਰਿਹਾ ਵੀ ਵੱਡਾ ਹੋ ਕੇ ਇਹ ਵਧੀਆ ਡਿਗਰੀ ਲਵੇ ਤੇ ਪੈਸੇ ਕਮਾਵੇ, ਉਹਦੇ ਵਿੱਚੋਂ ਨੈਤਿਕਤਾ ਦੇ ਗੁਣ ਸਾਂਝੇ ਪਰਿਵਾਰ ਟੁੱਟ ਗਏ। ਜਿਹੜਾ ਉਹਦਾ ਆਲਟਰਨੇਟਿਵ ਸੀਗਾ ਉਹ ਅਸੀਂ ਦਿੱਤਾ ਨਹੀਂ ਗਾ। ਅੱਛਾ। ਅਸੀਂ ਸਾਂਝੇ ਪਰਿਵਾਰ ਤਾਂ ਦੁਆਰਾ ਨਹੀਂ ਇਕੱਠੇ ਕਰ ਸਕਦੇ, ਨਹੀਂ ਲਿਆ ਸਕਦੇ। ਕੋਈ ਬੱਚੇ 5-7 ਅੱਗੇ 10-10 ਵੀ ਬੱਚੇ ਹੁੰਦੇ ਰਹੇ ਹੈਗੇ ਆ, ਹੁਣ ਹਰੇਕ ਦਾ ਬੱਚਾ ਤੇ 1-2 ਹੀ ਰਹਿ ਗਏ। ਹਾਂਜੀ। ਤੇ ਹੁਣ ਇਸੇ ਗੁਣਾਂ ਨੂੰ ਸਾਨੂੰ ਸਕੂਲਾਂ ਦੇ ਵਿੱਚ ਇਹ ਪੜ੍ਹਾਈ ਕਰਵਾਉਣੀ ਚਾਹੀਦੀ ਹੈਗੀ ਆ। ਇਸ ਕਰਕੇ ਅਸੀਂ ਨੈਤਿਕਤਾ ਦੇ ਵਿਸ਼ੇ ਨੂੰ ਲਿਆ ਹੈਗਾ ਵਾ, ਕਿਉਂਕਿ ਮਾੜੇ ਕੰਮਾਂ ਤੋਂ ਰੋਕਣ ਲਈ ਸਰਕਾਰ ਕਾਨੂੰਨ ਬਣਾ ਵੀ ਲੈਂਦੀ ਆ ਵੀ ਕੋਈ ਮਾੜਾ ਕੰਮ ਨਾ ਕਰੇ। ਹਾਂਜੀ। ਪਰ ਚੰਗਾ ਕੰਮ ਕਰਨ ਦੇ ਲਈ ਸਰਕਾਰ ਕਾਨੂੰਨ ਨਾ ਬਣਾਏ ਆ ਤੇ ਨਾ ਹੀ ਬਣਾ ਸਕਦੀ ਹੈਗੀ ਆ। ਹਾਂਜੀ। ਇਹ ਕਹਿਣਾ ਜਾਵੇ ਤੁਸੀਂ ਕਿਸੇ ਦੀ ਮਦਦ ਕਰੋ। ਹਾਂਜੀ। ਜੇ ਮੈਂ ਨਹੀਂ ਮਦਦ ਕਰਦਾ ਤੇ ਸਰਕਾਰ ਮੈਨੂੰ ਕੋਈ ਸਜ਼ਾ ਨਹੀਂ ਦੇ ਸਕਦੀ। ਠੀਕ ਹੈ। ਇਸ ਕਰਕੇ ਨੈਤਿਕਤਾ ਤੋਂ ਬਿਨਾਂ ਸਾਰੀਆਂ ਪੜ੍ਹਾਈਆਂ ਵੀ ਅਧੂਰੀਆਂ, ਨੈਤਿਕ ਗੁਣਾਂ ਤੋਂ ਬਿਨਾਂ ਇਨਸਾਨ ਵੀ ਅਧੂਰਾ। ਠੀਕ ਹੈ। ਨੈਤਿਕਤਾ ਤੋਂ ਬਣਿਆ ਹੋਇਆ ਡਾਕਟਰ, ਇੰਜੀਨੀਅਰ ਅੱਜ ਬਹੁਤ ਜ਼ਿਆਦਾ ਵੱਡਾ ਨੁਕਸਾਨ ਕਰ ਸਕਦਾ। ਹਰੇਕ ਸਭ ਤੋਂ ਪਹਿਲਾਂ ਇੱਕ ਵਧੀਆ ਸਮਾਜ ਸਿਰਜਣ ਦੇ ਲਈ ਨੈਤਿਕਤਾ ਦੀ ਜ਼ਰੂਰਤ ਹੈਗੀ ਆ ਜੀ। ਤੇ ਚੱਠਾ ਸਾਹਿਬ ਇਹ ਜਿਹੜੇ ਭਾਸ਼ਣ ਮੁਕਾਬਲੇ ਕਰਵਾ ਰਹੇ ਹੈ ਕਿਸ ਭਾਸ਼ਾ ਵਿੱਚ ਕਰਵਾ ਰਹੇ ਹੋ ਤੁਸੀਂ? ਪੰਜਾਬੀ ਵਿੱਚ। ਪੰਜਾਬੀ ਵਿੱਚ। ਚੱਠਾ ਸਾਹਿਬ ਅੱਜ ਕੱਲ੍ਹ ਜਿਵੇਂ ਜ਼ਮਾਨਾ ਅੰਗਰੇਜ਼ੀ ਦਾ ਜ਼ਿਆਦਾ ਹੈ, ਹਰ ਟੋਪਿਕ 'ਚ ਅੰਗਰੇਜ਼ੀ ਦਾ ਸਿਲੇਬਸ, ਅੰਗਰੇਜ਼ੀ ਜਿਹੜੇ ਉਹਨਾਂ ਦੇ ਲੈਂਗੁਏਜ ਅੰਗਰੇਜ਼ੀ ਹੁੰਦੀ ਹੈ, ਤੇ ਇਹ ਪੰਜਾਬੀ ਵਿੱਚ ਕਰਾਉਣ ਦਾ ਕੀ ਫਾਇਦਾ ਹੋਏਗਾ ਬੱਚਿਆਂ ਨੂੰ? ਅੰਗਰੇਜ਼ੀ ਦੇ ਵਿੱਚ ਜਿਹੜਾ ਗਿਆਨ ਲੈਣ ਦਾ ਢੰਗ ਤਰੀਕਾ ਭਾਲ ਲਿਆ, ਇਸ ਨੇ ਸਾਡਾ ਪੰਜਾਬੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਜਦਕਿ ਹਰੇਕ ਇਨਸਾਨ ਨੂੰ ਜੋਗਾ ਸਿੰਘ ਦੀ ਰਿਪੋਰਟ ਦੇ ਮੁਤਾਬਕ ਗਿਆਨ ਜਿਹੜਾ ਹੈਗਾ ਆਪਦੀ ਮਾਤ ਭਾਸ਼ਾ ਵਿੱਚ ਲੈਣਾ ਚਾਹੀਦਾ। ਜਿਹਨਾਂ ਦੀ ਮਾਤ ਭਾਸ਼ਾ ਇੰਗਲਿਸ਼ ਹੈਗੀ ਆ ਉਹ ਇੰਗਲਿਸ਼ ਵਿੱਚ ਗਿਆਨ ਲੈ ਲੈਣ, ਪਰ ਜਿਹੜਾ ਤੁਸੀਂ ਹੋਰ ਬਗਾਨੀ ਭਾਸ਼ਾ ਵੀ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਆਉਂਦੀ ਉਹਦੇ ਵਿੱਚ ਤੁਸੀਂ ਗਿਆਨ ਲੈਣ ਦੀ ਕੋਸ਼ਿਸ਼ ਕਰਦੇ ਹੋ, ਜਿਹਦਾ ਕਰਕੇ ਬੱਚੇ ਅਨਪੜ੍ਹ ਰਹਿੰਦੇ ਜਾ ਰਹੇ ਹੈਗੇ ਆ। ਮਾਪਿਆਂ ਦੇ ਉੱਪਰ ਫਾਈਨੈਂਸ਼ੀਅਲ ਬੋਝ ਆ ਤੇ ਬੱਚਿਆਂ ਦੇ ਉੱਪਰ ਦਿਮਾਗੀ ਬੋਝ ਆ, ਜਿਹਦੇ ਨਾਲ ਬਹੁਤ ਸਾਰਾ ਸੁਇਸਾਈਡ ਕਰਨ ਤੱਕ ਵੀ ਬੱਚੇ ਪਹੁੰਚ ਜਾਂਦੇ ਹੈਗੇ ਆ। ਜਿੰਨਾ ਵੀ ਕੌਮਾਂ ਨੇ, ਦੇਸ਼ਾਂ ਨੇ ਬੱਚਿਆਂ ਨੇ ਆਪਣੀ ਮਾਤ ਭਾਸ਼ਾ ਵਿੱਚ ਗਿਆਨ ਲਿਆ ਉਹ ਹਮੇਸ਼ਾ ਹੀ ਕਾਮਯਾਬ ਆ। ਅੱਜ ਸੰਸਾਰ ਦੇ ਵਿੱਚ ਇੱਕ ਭਾਸ਼ਾ ਨਹੀਂ ਚਾਹੀਦੀ, ਸਾਨੂੰ ਇੰਗਲਿਸ਼ ਵੀ ਚਾਹੀਦੀ ਆ, ਪੰਜਾਬੀ ਵੀ ਚਾਹੀਦੀ ਆ, ਹਿੰਦੀ ਵੀ ਚਾਹੀਦੀ ਆ। ਉਹ ਤੁਸੀਂ ਭਾਸ਼ਾਵਾਂ ਦੇ ਤੌਰ ਤੇ ਸਿੱਖ ਲਓ, ਜਿਹੜਾ ਤੁਸੀਂ 1 ਸਾਲ ਸਿੱਖ ਲਓਗੇ 2 ਸਾਲ 'ਚ ਸਿੱਖ ਲਓਗੇ, ਪਰ ਤੁਹਾਨੂੰ ਗਿਆਨ ਜਿਹੜਾ ਹੈਗਾ ਆਪਣੀ ਮਾਤ ਭਾਸ਼ਾ ਵਿੱਚ ਲੈਣਾ ਚਾਹੀਦਾ ਹੈਗਾ। ਇਸੇ ਕਰਕੇ ਹੀ ਅਸੀਂ ਇਹ ਪੰਜਾਬੀ ਨੂੰ ਪ੍ਰਮੋਟ ਕਰਨ ਦੀ ਖਾਤਰ ਹੀ ਇਹ ਇਸੇ ਪੰਜਾਬੀ ਭਾਸ਼ਾ 'ਚ ਮੁਕਾਬਲੇ ਰੱਖੇ ਆ। ਦੋਸਤੋ ਚੱਠਾ ਸਾਹਿਬ ਨੇ ਇੱਕ ਸਾਨੂੰ ਨੈਤਿਕਤਾ ਬਾਰੇ ਬਹੁਤ ਵਧੀਆ ਟੌਪਿਕ ਬਾਰੇ ਜਾਣਕਾਰੀ ਦਿੱਤੀ ਹੈ ਤੇ ਇਸ ਨੈਤਿਕਤਾ ਬਾਰੇ ਇਹ ਦੁਨੀਆ ਭਰ ਵਿੱਚ ਬਹੁਤ ਵੱਡੇ ਪੱਧਰ ਤੇ ਇਹਨਾਂ ਦੀ ਸੰਸਥਾ ਕੋਸ਼ਿਸ਼ ਕਰ ਰਹੀ ਹੈ, ਸਾਨੂੰ ਸਾਰਿਆਂ ਨੂੰ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ। ਚੱਠਾ ਸਾਹਿਬ ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਨਿਰਮਲ ਸਿੰਘ ਜੀ ਤੁਹਾਡਾ ਵੀ ਧੰਨਵਾਦ, ਤੁਹਾਡੇ ਜ਼ਰੀਏ ਲੋਕਾਂ ਤੱਕ ਸਾਡਾ ਮੈਸੇਜ ਆਊਗਾ
ਤੇ ਉਹਨਾਂ ਨੂੰ ਇਹ ਨੈਤਿਕਤਾ ਦੀ ਬਾਰੀ ਜਿਹੜੀ ਇਹ ਖਤਮ ਹੋ ਚੁੱਕੀ ਹੈਗੀ ਆ। ਇਹ ਖਤਮ ਸਾਰਿਆਂ ਵਿੱਚ ਨਹੀਂ ਖਤਮ ਹੋਈ ਹੁੰਦੀ, ਪਰ ਉਹ ਥੋੜੇ ਬੰਦਿਆਂ ਚ ਜੇ ਨਹੀਂ ਹੁੰਦੀ। ਅਸੀਂ ਇਹਦਾ ਪਾਠ ਹੀ ਕਰਨਾ ਚਾਹੁੰਦੇ ਹਾਂ ਲੋਕ ਤੋਂ ਅੱਗੇ ਚੰਗਾ ਸਮਾਜ ਸਿਰਜਿਆ ਜਾ ਸਕੇ। ਥੈਂਕ ਯੂ ਜੀ।